ਇਹ ਦੋ ਇਹਦਾ ਹਜ਼ਾਰ 19 ਮਾਡਲ ਹੈ, 3.2 ਚ, ਠੀਕ ਹੈ ਜੀ, 4x4 ਆਟੋ ਟਾਪ ਐਂਡ ਵੇਰੀਐਂਟ ਫਸਟ ਓਨਰ, ਫਸਟ ਓਨਰ ਆ ਇਹ, ਹਾਂਜੀ ਘੱਟ ਨਾ 15 ਮਾਡਲ ਦਾ, 15 ਮਾਡਲ, 15 ਮਾਡਲ ਵੀ ਐਕਸ ਟਾਪ, ਠੀਕ ਹੈ। ਇਹ ਤੁਹਾਨੂੰ 4.25 ਦੀ ਆਸਕਿੰਗ ਹੈ, ਥੋੜਾ ਬਹੁਤਾ ਮੌਕੇ ਤੇ ਨੈਗੋਸ਼ੀਏਟ ਕਰ ਲਾਂਗੇ। 4,80,000 ਦੀ 2016, 2016 ਮਾਡਲ। ਲਾਈਕ ਔਰ ਸ਼ੇਅਰ ਠੋਕ ਦੀਜੀਏ, ਮਾਕਾਲ ਕਾਜ ਤਬਾਕੇ, ਲਾਈਕ ਔਰ ਸ਼ੇਅਰ ਠੋਕ ਦੀਜੀਏ, ਪੂਰਾ ਸਾਲ ਮਿਹਨਤ ਕਰਤਾ ਹੂੰ ਆਪਕੇ ਲੀਏ ਬੇਟਾ, ਐਸਾ ਨਹੀਂ ਚਲੇਗਾ, ਐਸਾ ਨਹੀਂ ਚਲੇਗਾ। ਹਾਂਜੀ ਜਨਾਬ, ਕੀ ਹਾਲ ਚਾਲ ਹੈ ਜੀ? ਮੇਰਾ ਨਾਮ ਹੈ ਸਾਵਨ, ਤੁਸੀਂ ਦੇਖ ਰਹੇ ਹੋ ਆਪਣਾ ਚੈਨਲ ਮਿਸਟਰ ਸੁਨੀਤ। ਅੱਜ ਆਪਾਂ ਖੜੇ ਹਾਂ ਜੀ ਸੁਮਿਤ ਮੋਟਰਸ ਦੇ ਵਿੱਚ, ਨਾਲ ਨੇ ਆਪਣੇ ਇੱਥੋਂ ਦੇ ਓਨਰ। ਕੀ ਹਾਲ ਚਾਲ ਹੈ ਜੀ? ਵਧੀਆ ਭਾਜੀ, ਤੁਸੀਂ ਸੁਣਾਓ? ਬਸ ਵਧੀਆ ਜੀ। ਆਪਣਾ ਭਾਜੀ ਨਾਮ ਤੇ ਦੱਸ ਦਿਓ ਮਾੜਾ ਜਿਹਾ ਨੰਬਰ ਦਰਸ਼ਕਾਂ ਨੂੰ। ਨਾਮ ਭਾਜੀ ਆਲਰੇਡੀ ਫਲੈਸ਼ ਇਹਨਾਂ ਦਾ ਨਾਮ ਤੇ ਹੀ ਹੈ ਜੀ, ਸੁਮਿਤ ਇਹਨਾਂ ਦਾ ਨਾਮ ਆ, ਤੇ ਨੰਬਰ ਭਾਜੀ ਦੱਸਿਓ ਆਪਣਾ। ਨੰਬਰ ਹੈਗਾ ਭਾਜੀ 8144630018, ਉਹ ਲਿਖਿਆ ਵੀ ਹੋਇਆ ਤੇ 9876148401, ਠੀਕ ਹੈ ਜੀ। ਤੇ ਇਹਨਾਂ ਦੇ ਉੱਪਰ ਕੰਟੈਕਟ ਤੁਸੀਂ ਕਰ ਸਕਦੇ ਜੇ ਕੋਈ ਗੱਡੀ ਦੀ ਹੋਰ ਬਰੀਫਲੀ ਤੁਹਾਨੂੰ ਚਾਹੀਦੀ ਹੈ ਡਿਸਕ੍ਰਿਪਸ਼ਨ, ਤੁਸੀਂ ਇਹਨਾਂ ਨੂੰ ਕੰਟੈਕਟ ਕਰ ਲਿਓ, ਲੋਕੇਸ਼ਨ ਤੁਹਾਨੂੰ ਇਹਨਾਂ ਨੂੰ ਫੋਨ ਕਰਕੇ ਪਤਾ ਲੱਗ ਜੂਗੀ। ਜ਼ਿਆਦਾ ਸਮਾਂ ਨਾ ਲੈਂਦੇ ਹੋਏ ਕਰਦੇ ਵੀਡੀਓ ਨੂੰ ਸ਼ੁਰੂ, ਦੇਖੋ ਜੀ। ਇਹ 2016 ਮਾਡਲ ਆ ਗਈ, ਠੀਕ ਹੈ। ਇਹ ਮੈਨੂਅਲ ਦੇ ਵਿੱਚ ਹੈ, GX ਇਹ ਮੈਨੂਅਲ ਆ, ਉਹ ਆਟੋ ਸੀ, ਉਹ ਆਟੋ ਹੈ, ਇਹ ਵਾਈਟ ਆਟੋ ਆ, ਇਹ ਤਕਰੀਬਨ ਇਹ ਵੀ ਸਾਰੀ ਕਾਰ ਓਰੀਜਨਲ ਆ, ਠੀਕ ਹੈ ਠੀਕ ਹੈ ਜੀ। ਇਹ ਫਸਟ ਓਨਰ ਓਨਰ ਫਸਟ, ਹਾਂ ਓਨਰ ਫਸਟ ਆ ਗਿਆ ਜੀ। ਇੰਸ਼ੋਰੈਂਸ ਫੁੱਲ, ਇੰਸ਼ੋਰੈਂਸ ਫੁੱਲ ਆ, ਹਾਂਜੀ। ਇਹ ਮੈਨੂਅਲ ਚ ਆ ਗਈ 16 ਮਾਡਲ, ਤਕਰੀਬਨ ਸਾਰੀ ਕਾਰ ਓਰੀਜਨਲ ਆ, ਠੀਕ ਹੈ। ਤੇ ਡਿਮਾਂਡ, ਡਿਮਾਂਡ ਵੀ ਆ ਗਈ ਸਰ 13 ਲੱਖ ਰੁਪਏ, 13 ਲੱਖ ਰੁਪਏ ਦੀ, ਹਾਂਜੀ। 13 ਲੱਖ ਦੀ ਇਨੋਵਾ ਕ੍ਰਿਸਟਾ 2016, ਹਾਂਜੀ। ਮੈਨੂਅਲ, ਮੈਨੂਅਲ ਨੀਅਰ ਅਬਾਊਟ ਰਨਿੰਗ ਹੈਗੀ ਇਹਦੀ 1,40-45, 1,40,000 ਚੱਲੀ ਹੋਈ, 1,40 ਚੱਲੀ ਹੋਈ ਹੈ। ਇੰਜਨ ਇਹਨਾਂ ਦੇ ਕਿਤੇ ਜਾਂਦੇ ਨਹੀਂ, ਟੈਨਸ਼ਨ ਨਾ ਲਓ, 10 ਲੱਖ ਦਾ ਰਵਾਈ ਹੁੰਦਾ ਵਾ, ਬਿਲਕੁਲ ਬਿਲਕੁਲ 10 ਲੱਖ। ਫੇਰ ਆ ਜਾਂਦੀ ਜੀ ਆਪਣੀ ਬਰੀਜ਼ਾ, ਬਰੀਜ਼ਾ ਆ ਗਈ ਜੀ 2019 ਮਾਡਲ ZDA ਪਲੱਸ, ਠੀਕ ਹੈ ਜੀ, ਠੀਕ ਹੈ ਜੀ। 19 ਮਾਡਲ ZDA ਪਲੱਸ ਟੌਪ ਵੇਅਰ ਮਾਡਲ ਫਸਟ ਓਨਰ, 50-55,000 ਚੱਲੀ, ਠੀਕ ਹੈ। ਆਲ ਓਰੀਜਨਲ ਕਾਰ, ਕੁਛ ਵੀ ਨਹੀਂ ਰੀਵੈਂਟ, ਗੱਡੀ ਲੋਕ ਆ, ਤੁਸੀਂ ਗੱਡੀ ਚੈੱਕ ਕਰ ਲਓ, ਸਾਰੀ ਓਰੀਜਨਲ ਕਾਰ ਹੈ ਜੀ। ਲੋਕਲ ਨੰਬਰ, ਇਹ ਡੀਜ਼ਲ ਆ ਨਾ? ਡੀਜ਼ਲ ਹੈ ਜੀ, ZDA ਪਲੱਸ ਫਸਟ ਓਨਰ ਆ, ਬਰੀਜ਼ਾ 19 ਮਾਡਲ ਆ, ਪੇਂਟ ਦੀ ਵੀ ਓਰੀਜਨਲ ਕਾਰ। ਤੇ ਡਿਮਾਂਡ ਕੀ ਹੋਣ ਵਾਲੀ ਹੈ ਇਹਦੀ? ਡਿਮਾਂਡ ਹੈਗੀ ਬ੍ਰਦਰ 7,95,000, ਕਿੰਨੇ ਦੀ ਦੱਸੀ? 7,95,000 ਦੀ, ਠੀਕ ਹੈ ਜੀ। ਫੇਰ ਆ ਜਾਂਦੀ ਹੈ ਜੀ ਆਪਣੀ ਫੋਰਡ ਦੀ ਇਕੋ ਸਪੋਰਟ ਹੈ ਜੀ, ਇਕੋ ਸਪੋਰਟ, ਹਾਂਜੀ। 2016 ਮਾਡਲ, ਇਹ ਮੈਨੂਅਲ ਆ ਗਈ 2016 ਮਾਡਲ। ਇਹ ਡਿਮਾਂਡ ਕੀ ਹੋਣ ਵਾਲੀ ਹੈ ਇਹਦੀ? 2016 ਮਾਡਲ ਹੈ ਜੀ, ਐਂਬੀਸ਼ਨ ਮਾਡਲ, ਓਨਰ ਫਸਟ, ਫਸਟ ਓਨਰ ਹੈ ਜੀ। ਚੱਲੀ ਕਿੰਨੀ ਕਾ? ਚੱਲੀ ਨੀਅਰ ਅਬਾਊਟ 90 ਦੇ ਵਿੱਚ ਵਿੱਚ, 90,000 ਚੱਲੀ ਆ, 90,000। ਤੇ ਡਿਮਾਂਡ ਕਿੰਨੀ ਦੱਸੀ ਸੀ ਇਹਦੀ? ਇਹਦੀ ਡਿਮਾਂਡ ਹੈਗੀ ਜੀ 4,80,000, 4,80,000 ਦੀ 2016, 2016 ਮਾਡਲ, ਹਾਂਜੀ। ਟ੍ਰੈਂਡ ਪਲੱਸ ਨਹੀਂ ਨਹੀਂ, ਐਂਬੀਸ਼ਨ, ਐਂਬੀਸ਼ਨ, ਐਂਬੀਸ਼ਨ ਮਾਡਲ, ਫਸਟ ਓਨਰ, ਫਸਟ ਓਨਰ। ਤੇ ਫਿਰ ਆ ਜੀ ਕ੍ਰੇਟਾ, ਇੱਕ ਕ੍ਰੇਟਾ ਵੀ ਭਾਜੀ 2016, 62,100 ਨੰਬਰ, ਵਧੀਆ ਲੱਗਿਆ ਹੋਇਆ, ਬਿਲਕੁਲ 1.4 ਦੇ ਵਿੱਚ ਹੈ, ਐਸ ਵੇਰੀਐਂਟ, ਜਿਵੇਂ 1.4 ਦੇ ਵਿੱਚ ਟੌਪ ਮਾਡਲ ਹੈ, ਠੀਕ ਹੈ ਜੀ। ਔਰ ਇਹ ਕੰਪਨੀ ਰਿਕਾਰਡ 63,000 ਚੱਲੀ ਹੈ, ਸਾਰਾ 63,000 ਚੱਲੀ ਹੈ ਸਾਰੀ, ਫਸਟ ਓਨਰ ਹੈ। ਪੇਂਟ ਦੀ ਵੀ ਤਕਰੀਬਨ 90% ਕਾਰਕ ਤੋਂ ਪੇਂਟ ਨਹੀਂ ਹੈਗੀ, ਇੱਕ ਅੱਧਾ ਪੀਸ ਪੇਂਟ ਸ਼ਾਇਦ ਹੋ ਸਕਦਾ, ਠੀਕ ਹੈ, ਉਹ ਵੀ ਡਿਊ ਟੂ ਸਕ੍ਰੈਚ। ਚੱਲੀ ਕਿੰਨੀ ਕਹੇ? ਹਾਂਜੀ ਚੱਲੀ, ਚੱਲੀ ਹੈਗੀ 63,000 ਜੀ, 63,000 ਚੱਲੀ, 63,000 ਚੱਲੀ। ਓਨਰ ਫਸਟ, ਪਹਿਲੇ ਨਾਂ ਤੇ ਭਾਜੀ ਕਾਰ। ਡਿਮਾਂਡ, ਡਿਮਾਂਡ ਦੀ ਹੈਗੀ ਜੀ 7,70,000 ਰੁਪਈਆ,
7,65,000 ਠੀਕ ਹੈ ਜੀ। ਮੈਨੂਅਲ ਗੱਡੀ ਆ, ਮੈਨੂਅਲ ਆ, ਡੀਜ਼ਲ ਗੱਡੀ ਤੇ ਓਨਰ ਵੀ ਫਸਟ ਹੋਣ ਵਾਲਾ ਹੈ, ਓਨਰ ਵੀ ਫਸਟ ਆ। ਤੇ ਡਿਮਾਂਡ ਕਿੰਨੀ? ਡਿਮਾਂਡ ਇਹਦੀ ਹੈਗੀ ਜੀ 7,500,000 ਰੁਪਏ, 7,500,000 ਦੀ ਫਸਟ ਓਨਰ। ਠੀਕ ਹੈ ਜੀ, ਵਿਦ 17 ਇੰਚੀ ਲੋਇਟਰ। ਠੀਕ ਹੈ ਜੀ, ਲੋਏ ਪਏ ਹੋਏ ਨੇ, ਕੁਝ ਵੀ ਕਰਾਉਣ ਦੀ ਲੋੜ ਨਹੀਂ ਹੈਗੀ। ਫਿਰ ਆਏ ਦੀ ਹੋਂਡਾ ਸਿਟੀ, ਹਾਂਜੀ ਇਹ ਹੋਂਡਾ ਸਿਟੀ ਆ, ਇਹ ਸੋਲਡ ਆਊਟ ਹੋ ਚੁੱਕੀ ਹੈ ਬ੍ਰਦਰ, ਇਹ ਸੋਲਡ ਹੋ ਗਈ। ਰਹਿਣ ਦੋ ਇਹਨੂੰ, ਇਧਰ ਆ ਜਾਓ। 2016 ਮਾਡਲ ਇਕੋ ਸਪੋਰਟ ਆ ਗਈ, ਇਕੋ ਸਪੋਰਟ ਇਹ ਟੌਪ ਐਂਡ ਮਾਡਲ ਆ ਗਿਆ, ਟਾਈਟੈਨੀਅਮ ਪਲੱਸ। ਅੱਛਾ ਇਹ ਟਾਈਟੈਨੀਅਮ ਹੈ ਜੀ, ਟੌਪ ਵਾਲਾ ਮਾਡਲ, ਟਾਈਟੈਨੀਅਮ ਪਲੱਸ ਪੁਸ਼ ਬਟਨ ਟੌਪ। ਠੀਕ ਹੈ, ਕੰਪਨੀ ਦਾ ਰਿਕਾਰਡ ਸਾਰੀ 100% ਕਾਰ ਆਲ ਓਰੀਜਨਲ ਨਾਨ ਰੀਪੇਂਟ। 60,000 ਚੱਲਦੀ, 60,000 ਚੱਲੀ ਹੈ ਸਿਰਫ, ਸਿਰਫ ਜਿਹੜਾ ਮਰਜ਼ੀ ਬੰਦਾ ਨੰਬਰ ਹਾਈਟ ਨੰਬਰ ਚੈੱਕ ਕਰਾ ਸਕਦੇ ਤੁਸੀਂ, ਹੈ ਨਾ। ਮੈਂ ਕਹਿੰਦਾ ਨਹੀਂ, ਏਜੰਸੀ ਦੇ ਵਿੱਚ ਤਸੱਲੀ ਕਰਨਾ, ਰਿਕਾਰਡ ਚੈੱਕ ਕਰਾ ਕੇ ਸਾਡੇ ਕੋਲ ਆ ਗਏ। ਠੀਕ ਹੈ ਜੀ, ਤੇ ਡਿਮਾਂਡ? ਡਿਮਾਂਡ ਬ੍ਰਦਰ ਇਹਦੀ 5.5 ਆ, 5.5 ਲੱਖ ਦੀ। ਹਾਂ ਡਿਮਾਂਡ ਆ 5.5 ਲੱਖ ਰੁਪਏ ਦੀ, ਦੇ ਦਾਂਗੇ 5 ਸ਼ਾਟ ਪੇਮੈਂਟ ਬਸ, ਦੇ ਦਾਂਗੇ ਕਾਰ। ਇੱਕੋ ਹੀ ਆ, 9697 ਨੰਬਰ ਵੀ ਸੋਹਣਾ ਵਾ। ਫਿਰ ਆ ਗਈ ਸਾਡੇ ਕੋਲ ਹੋਂਡਾ ਦੀ ਅਮੇਜ਼। ਠੀਕ ਆ, ਇਹ ਡੀਜ਼ਲ ਵੇਰੀਐਂਟ ਚ ਐਸ ਮਾਡਲ ਆ। ਠੀਕ ਆ, ਸੌਰੀ ਅਗੇਨ VX ਮਾਡਲ ਆ, ਟੌਪ VX ਟੌਪ 2015 VX ਟੌਪ ਪੈਟਰੋਲ ਡੀਜ਼ਲ ਚ, ਡੀਜ਼ਲ ਫਸਟ ਓਨਰ। ਠੀਕ ਆ ਜੀ, 90 ਦੇ ਨੀਅਰ ਅਬਾਊਟ ਚੱਲੀ ਹੋਈ ਹੈ ਕਾਰ, 90,000 ਚੱਲੀ ਆ। ਹਾਂਜੀ, ਇਹ 15 ਮਾਡਲ VX ਟੌਪ। ਠੀਕ ਹੈ, ਇਹ ਤੁਹਾਨੂੰ 4.25 ਦੀ ਆਸਕਿੰਗ ਹੈ, ਥੋੜਾ ਬਹੁਤਾ ਮੌਕੇ ਤੇ ਨੈਗੋਸ਼ੀਏਟ ਕਰ ਲਾਂਗੇ। 4.25 ਲੱਖ। ਹਾਂਜੀ ਠੀਕ ਹੈ ਜੀ, 15 ਮਾਡਲ ਡੀਜ਼ਲ, ਡੀਜ਼ਲ ਠੀਕ ਹੈ ਜੀ। ਹਾਂਜੀ, ਇਹ ਬਿਲਕੁਲ WRV ਹੈ, VX ਮਾਡਲ ਹੈ ਜੀ, ਟੌਪ 2018। ਠੀਕ ਹੈ ਜੀ, ਫਸਟ ਓਨਰ ਹੈ, ਫੁੱਲ ਇਨਸ਼ੋਰਡ ਹੈ, ਡੈਪ ਕੈਪ ਸਾਰੀ ਤਕਰੀਬਨ ਕਾਰ 90% ਕਾਰ, 95 ਪੇਂਟ ਵੀ ਹੈ ਨਹੀਂ ਕਿਤੋਂ, ਨਾਨ ਰੀਪੇਂਟ ਕਾਰ ਹੈ ਲਗਭਗ ਜੀ, ਸਾਰੀ ਓਰੀਜਨਲ ਆ। ਹਾਂਜੀ, 2018 ਡੀਜ਼ਲ ਦੇ ਵਿੱਚ ਐਵਰੇਜ 25+ ਰਿਟਰਨ ਗਰੰਟੀ ਨਾਲ, ਅੱਛੀ ਕਾਰ, ਨਾਨ ਐਕਸੀਡੈਂਟਲ ਫੈਮਿਲੀ ਕਾਰ ਆ ਜੀ, 25 ਦੀ ਐਵਰੇਜ ਹੋਣ ਵਾਲੀ ਆ, ਸਨਰੂਫ ਵਾਲੀ, ਵਿਦ ਸਨਰੂਫ, ਸਨਰੂਫ ਵੀ ਆ ਜਾਂਦੀ ਆ, ਹੋਰ ਇੱਕ ਪਲੱਸ ਪੁਆਇੰਟ ਆ ਇਹਦਾ। ਚੱਲੀ ਕਿੰਨੀ ਕਹੂਗੀ ਭਾਜੀ ਇਹ? ਚੱਲੀ ਇਹ ਨੀਅਰ ਅਬਾਊਟ 1 ਲੱਖ ਦੇ ਨੀਅਰ ਅਬਾਊਟ ਹੈ ਭਾਜੀ, 1 ਲੱਖ ਦੇ ਨੀਅਰ ਅਬਾਊਟ ਚੱਲੀ ਆ, ਕੰਪਨੀ ਦਾ ਰਿਕਾਰਡ ਆ ਸਾਰਾ, ਫਸਟ ਓਨਰ ਕਾਰ ਹੈ, ਇਨਸ਼ੋਰਡ ਫੁੱਲ ਆ, ਜੋ ਵੀ ਹੋਊਗਾ ਓਰੀਜਨਲ ਹੀ ਹੋਊਗਾ, ਕੋਈ ਮੀਟਰ ਟੈਂਪਰਿੰਗ ਦਾ ਕੰਮ ਨਹੀਂ, ਦੱਸ ਕੇ ਦਾਂਗੇ ਜੋ ਹੋਊਗਾ। ਠੀਕ ਹੈ ਜੀ, ਤੇ ਡਿਮਾਂਡ? ਡਿਮਾਂਡ ਇਹਦੀ ਹੈਗੀ ਜੀ 7,00,000 ਰੁਪਇਆ, ਥੋੜਾ ਬਹੁਤਾ ਮੌਕੇ ਤੇ ਨੈਗੋਸ਼ੀਏਟ ਹੋ ਜਾਊਗਾ, ਮਾਨਤਾਨ ਹੋਊਗਾ। ਹਾਂਜੀ ਠੀਕ ਹੈ ਜੀ, ਫਿਰ ਆਏ ਦੀ ਆਪਣੀ ਇਹ 2018 ਮਾਡਲ ਕ੍ਰੇਟਾ, 18 ਮਾਡਲ ਕ੍ਰੇਟਾ ਜੀ, 1.4 ਵੇਰੀਐਂਟ ਦੇ ਵਿੱਚ ਹੈ, ਈ ਮਾਡਲ ਹੈ, ਸਿਰਫ ਤੇ ਸਿਰਫ 45,000 ਕਿਲੋਮੀਟਰ ਚੱਲੀ ਹੈ, ਸਿਰਫ 45,000, ਜੈਨੂਇਨ ਕੰਪਨੀ ਰਿਕਾਰਡ। ਠੀਕ ਹੈ, ਕੁਝ ਕਰਾਉਣ ਦੀ ਲੋੜ ਨਹੀਂ, ਟਾਇਰ ਓਕੇ ਲਾਏ ਪਏ ਹੋਏ ਨੇ, 45,000 ਚੱਲੀ। ਨੰਬਰ ਦਿਖਾ ਦਿਓ ਜੀ ਕਾਰ ਦਾ, ਮੈਨੂਅਲ ਗੱਡੀ ਆ। ਹਾਂ, ਤੇ ਕੀ ਡਿਮਾਂਡ ਹੋਣ ਵਾਲੀ ਆ ਇਹਦੀ? ਇਹਦੇ ਡਿਮਾਂਡ ਤਾਂ ਨਹੀਂ ਹੈਗੀ, ਦੇਣ ਵਾਲਾ ਰੇਟ ਹੀ ਹੈ ਜੀ 7,900,000 ਰੁਪਏ ਦੀ ਬਸ, 7,900,000 ਦੀ ਯੈਸ ਨੂੰ, 45,000 ਚੱਲੀ ਕਾਰ ਦੇ, ਬਾਕੀ ਤੁਸੀਂ ਜ਼ੋਰ ਪਾ ਕੇ ਮਾੜਾ ਮੋਟਾ ਮੌਕੇ ਤੇ ਕਰਾ ਸਕਦੇ ਹੋ। 2018 ਭਾਈ ਦਾ ਨੰਬਰ ਤੁਹਾਡੇ ਸਾਹਮਣੇ ਫਲੈਸ਼ ਹੋ ਰਿਹਾ ਹੋਊਗਾ, ਉੱਥੇ ਤੁਸੀਂ ਕੰਟੈਕਟ ਕਰ ਲਿਓ। ਫਿਰ ਆ ਜਾਂਦੀ ਹੈ ਜੀ, ਇਹ ਵੋਕਸਵੈਗਨ ਦੀ ਵੈਂਟੋ ਹੈ, ਉਹ ਵੈਂਟੋ। ਹਾਂਜੀ ਠੀਕ ਹੈ ਜੀ, ਫਸਟ ਓਨਰ ਆ ਗਈ 2015 ਹਾਈਲਾਈਨ ਪਲੱਸ ਟੌਪ, ਇਹ ਵੀ ਟੌਪ ਆਉਣ ਵਾਲੀ ਹੈ ਜੀ,
ਤੇ ਇਹ 1.5 ਦੇ ਵਿੱਚ ਆ ਗਈ, 1.6 ਨਹੀਂ ਆਉਂਦੀ। ਠੀਕ ਆ, ਹਾਂ ਅਲੋਏ ਪਏ ਹੋਏ ਨੇ ਬਿਲਕੁਲ, ਟੌਪ ਐਂਡ ਮਾਡਲ ਆ, ਫਸਟ ਓਨਰ ਆ, ਫੁੱਲ ਇੰਸ਼ੋਰਡ ਆ। ਠੀਕ ਆ, ਤੇ ਇਹ ਕਾਰ ਤੁਹਾਨੂੰ ਓਨਲੀ ਵਨ ਪ੍ਰਾਈਸ 5 ਲੱਖ ਰੁਪਏ ਦੀ ਕਾਰ ਮਿਲ ਜਾਏਗੀ। 5 ਲੱਖ ਦੀ ਯੈਸ ਨੋ, ਹਾਂਜੀ ਮਿਲ ਜੂਗੀ ਤੁਹਾਨੂੰ ਮੈਨੂਅਲ ਦੇ ਵਿੱਚ 2015 1.5 78,000 ਚੱਲੀ ਹੋਈ ਆ। ਅਗੇਨ ਮੀਟਰ ਟੈਂਪਰਿੰਗ ਨਹੀਂ ਹੁੰਦਾ ਇੱਥੇ, ਠੀਕ ਹੈ ਜੀ, ਤੇ ਜੋ ਵੀ ਹੋਊਗਾ ਓਰੀਜਨਲ ਹੋਊਗਾ। ਜੇ ਮੀਟਰ ਪਿੱਛੇ ਕਰਕੇ ਦਿੱਤੀ ਜਾਂਦੀ ਤਾਂ ਸ਼ਾਇਦ ਤੁਸੀਂ 2 ਪੈਸੇ ਵੀ ਮੰਗ ਲੈਂਦੇ। ਬਿਲਕੁਲ ਬਿਲਕੁਲ, 2 ਕਹਾਂਗੇ 10 ਕੇ ਦਾਂਗੇ ਤੁਹਾਨੂੰ। ਇਹ ਅਮੇਜ਼, ਇਹ ਅਮੇਜ਼ ਆ ਜੀ 2018 ਮਾਡਲ, 18 ਡੀਜ਼ਲ ਵੇਰੀਐਂਟ ਦੇ ਵਿੱਚ ਆ ਗਈ, ਸਿਰਫ 53,000 ਚੱਲੀ। 53,000 ਚੱਲੀ ਆ ਅਮੇਜ਼ ਫਸਟ ਓਨਰ। ਇਹ ਪੈਟਰੋਲ ਆ ਜੀ ਡੀਜ਼ਲ? ਡੀਜ਼ਲ ਡੀਜ਼ਲ ਜੀ, ਡੀਜ਼ਲ ਡੀਜ਼ਲ ਗੱਡੀ ਆ। ਇਹਦੀ ਵੀ ਐਵਰੇਜ 23-24 ਪਲੱਸ, 23-24 ਦੀ ਐਵਰੇਜ ਹੈਗੀ ਆ। ਬਿਲਕੁਲ ਬਿਲਕੁਲ, ਪਲੱਸ ਹੀ ਦੇਗੀ। ਠੀਕ ਆ, ਕਰ ਨਹੀਂ ਦੇਗੀ। ਗੱਡੀ ਅੰਦਰੋਂ ਚੈੱਕ ਕਰੋ, ਇੰਟੀਰੀਅਰ, ਟੱਚ ਸਿਸਟਮ, ਹਰ ਚੀਜ਼ ਲੱਗੀ ਹੈ ਕਾਰ 'ਚ, ਟੱਚ ਲੱਗਿਆ ਹੋਇਆ ਵਾ। ਓਨਰ ਫਸਟ? ਫਸਟ ਓਨਰ, ਫਸਟ ਓਨਰ ਆ। ਡਿਮਾਂਡ ਵਧੀਆ ਜੀ, ਦੱਸ ਦਿਓ ਇਹਦੀ ਡਿਮਾਂਡ। 6.25 ਜੀ, 6.25 ਲੱਖ ਦੀ, ਹਾਂਜੀ ਡੀਜ਼ਲ 53,000 ਚੱਲੀ ਕਾਰ, 53,000 ਚੱਲੀ ਕਾਰ। ਅਤੇ ਫਿਰ ਆਪਾਂ ਦਿਖਾਉਂਦੇ ਹਾਂ ਜੀ ਤੁਹਾਨੂੰ ਵੱਡੀ ਗੱਡੀਆਂ ਵੱਲ ਚੱਲਦੇ ਹਾਂ ਹੁਣ, ਛੋਟੀਆਂ ਦਿਖਾ ਦਿੱਤੀਆਂ। ਇਹ ਆ ਜਾਂਦੀ ਹੈ ਆਪਣੀ, ਇਹ ਇੰਡੈਵਰ ਆ ਗਿਆ ਸਰ। ਠੀਕ ਹੈ ਜੀ, ਇਹ 2019 ਮਾਡਲ ਆ, 3.2 ਚ, ਠੀਕ ਹੈ ਜੀ, 4x4 ਆਟੋ, ਟੌਪ ਐਂਡ ਵੇਰੀਐਂਟ, ਫਸਟ ਓਨਰ, ਫਸਟ ਓਨਰ ਆ। ਇਹ ਘੱਟ ਹੀ ਮਿਲਦੀ ਹੈ ਜੀ ਫਸਟ ਓਨਰ 2019, ਨਾਲੇ ਸਾਰੀ ਓਰੀਜਨਲ ਕਾਰ, ਵਧੀਆ ਕਾਰ, ਮੋਟੇ ਟਾਇਰ ਪਏ ਨੇ, ਲੋਏ ਪਏ ਹੋਏ ਨੇ, ਕੁਛ ਨਹੀਂ ਕਰਾਉਣ ਦੀ ਲੋੜ। ਅਤੇ ਅੰਦਰੋਂ ਚੈੱਕ ਕਰੋ ਤੁਸੀਂ, ਆਟੋਮੈਟਿਕ ਕਾਰ ਸਨਰੂਫ ਦੇ ਨਾਲ। ਇਹਦਾ ਭਾਅ ਜੀ ਕੀ ਡਿਮਾਂਡ ਹੋਣ ਵਾਲੀ ਆ? ਇਹਦੀ ਡਿਮਾਂਡ ਹੈਗੀ ਸਰ 30 ਲੱਖ ਰੁਪਈਆ, 30 ਲੱਖ ਦੀ ਆਸਕਿੰਗ, ਥੋੜਾ ਬਹੁਤ ਡਰਾਈਵਰ ਨੈਗੋਸ਼ੀਏਟ। 2019 ਮਾਡਲ ਡੀਜ਼ਲ ਗੱਡੀ, ਡੀਜ਼ਲ ਆਟੋਮੈਟਿਕ, ਆਟੋਮੈਟਿਕ ਫਸਟ ਓਨਰ। ਠੀਕ ਹੈ ਜੀ, ਇਹ ਸਨਰੂਫ ਵੀ ਆਉਂਦੀ ਆ? ਸਨਰੂਫ ਤਾਂ ਨਹੀਂ ਆਉਂਦੀ ਇਹ 'ਚ, ਪੈਨਾਰੋਮਿਕ ਸਨਰੂਫ, ਪੈਨਾਰੋਮਿਕ ਹੋਣ ਵਾਲੀ ਆ ਜੀ। ਹਾਂਜੀ ਠੀਕ ਹੈ। ਅਲੋਏ ਥਾਰ ਵਾਲੇ ਟਾਇਰ ਮੋਟੇ ਪਏ ਹੋਏ ਨੇ। ਇਹ ਭਾਜੀ ਕਿਹੜੀ ਹੋਣ ਵਾਲੀ ਹੈ? S11 ਐਸ ਟਾਈਪ, S6 ਪਲੱਸ ਆ ਬ੍ਰਦਰ, 2016। ਠੀਕ ਹੈ ਜੀ, ਠੀਕ ਹੈ ਜੀ, ਫਸਟ ਓਨਰ ਕਾਰ ਹੈ ਵੀ, 2016 6 ਪਲੱਸ ਆ, ਕੰਪਨੀ ਰਿਕਾਰਡ ਆ, 1/10/15 ਜਨਵਰੀ ਚੱਲੀ ਹੋਈ ਹੈ ਕਾਰ। ਓਕੇ, ਇਹ ਆਟੋਮੈਟਿਕ ਆ? ਨਾ ਨਾ ਮੈਨੂਅਲ, ਮੈਨੂਅਲ ਗੱਡੀ ਹੈ, ਸਕਾਰਪੀਓ ਮੈਨੂਅਲ। ਠੀਕ ਹੈ ਜੀ, ਤੇ ਡਿਮਾਂਡ ਤੁਸੀਂ ਦੱਸੋ? ਜੀ ਆਸਕਿੰਗ ਹੈਗੀ 10.5, ਬਾਕੀ ਥੋੜਾ ਬਹੁਤ ਮੌਕੇ ਤੇ। ਠੀਕ ਹੈ ਜੀ, 16 ਮਾਡਲ, 16 ਮਾਡਲ ਪਹਿਲੇ ਨਾਂ ਤੇ, ਕੋਈ ਕਨਵਰਟ ਨੰਬਰ ਨਹੀਂ ਹੈ, ਜਿਵੇਂ ਅੱਜ ਕੱਲ੍ਹ ਕਨਵਰਟ ਨੰਬਰ ਬਹੁਤ ਚੱਲ ਰਿਹਾ। ਹਾਂਜੀ, ਜੈਨੂਅਨ ਨੰਬਰ ਦੀ ਕਾਰ ਆ, ਫਸਟ ਓਨਰ। ਹਾਂਜੀ ਠੀਕ ਹੈ ਜੀ, ਵਿਦ ਟੋਟਲ ਸਰਵਿਸ ਰਿਕਾਰਡ ਆ। ਇਹ ਵੀ ਇੱਕ ਇਹਨਾਂ ਵੱਲੋਂ ਹਦਾਇਤ ਆ ਜੀ, ਚੈੱਕ ਕਰ ਲਿਓ, ਜਿਹੜੀ ਸੈਕਿੰਡ ਓਨਰ ਹੁੰਦੀ ਹੈ, ਕਈ ਦਿੱਲੀ ਤੋਂ ਲਿਆ ਕੇ ਕਨਵਰਟ ਕਰਾ ਕੇ ਸਸਤੇ ਭਾਅ ਤੇ ਮਿਲ ਜਾਂਦਾ ਹਨਾ, ਉਹ ਬਹੁਤ ਉਹ ਨਹੀਂ ਹੈਗੀ ਇਹ। ਹਾਂਜੀ, ਫਿਰ ਆ ਜਾਂਦੀ ਟ੍ਰੈਨੋ, ਟ੍ਰੈਨੋ ਹੈ ਜੀ 2016 ਮਾਡਲ, 2016 85 BHP ਵਾਲੀ। ਠੀਕ ਹੈ ਜੀ, ਇਹਦੀ ਕੀ ਡਿਮਾਂਡ ਹੋਣ ਵਾਲੀ ਆ? ਇਹਦੀ ਹੈਗੀ ਜੀ 5.25, 5.5 ਲੱਖ ਦੀ, 2016 92,000 ਚੱਲੀ ਹੋਈ ਆ, ਫਸਟ ਓਨਰ ਕਾਰ ਹੈ ਜੀ, ਓਨਰ ਫਸਟ ਆ। ਹਾਂਜੀ, ਤੇ ਡਿਮਾਂਡ ਤੁਸੀਂ ਦੱਸੀ? 5.5, 5.5। ਠੀਕ ਹੈ ਜੀ, ਫਿਰ ਪੋਲੋ ਤੇ ਆ ਜਾਂਦੇ ਆ ਜੀ। ਪੋਲੋ ਦਾ ਕੀ ਹੈ ਜੀ? ਪੋਲੋ ਸਰ 2014 ਮਾਡਲ ਆ, 14 ਮਾਡਲ GT ਮਾਡਲ ਆ, ਟੌਪ, ਠੀਕ ਆ, ਹਾਈਲਾਈਨ ਪਲੱਸ ਟੌਪ। ਚੱਲੀ ਹੋਈ ਆ। ਹਾਂਜੀ, ਸੈਕਿੰਡ ਓਨਰ,
ਤੇ ਓਨਰ ਸੈਕਿੰਡ ਡਿਮਾਂਡ ਸਰ ਜੀ 3.5 ਲੱਖ ਦੀ